ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਾਹਰ ਪ੍ਰੀਤ ਰਿਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਦੋਸਤੋ ਇੱਕ ਹੋਰ ਜੋ ਭਰਤੀ ਆਊਟ ਕਰ ਦਿੱਤੀ ਗਈ ਪੁਲਿਸ ਦੀ ਪੁਲਿਸ ਦੀ ਜੋ ਭਰਤੀ ਆਊਟ ਕਰ ਦਿੱਤੀ ਗਈ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਠੀਕ ਹੈ। ਇਹ ਜੋ ਭਰਤੀ ਆਊਟ ਕੀਤੀ ਗਈ ਐਸਐਸਸੀ ਵੱਲੋਂ ਆਊਟ ਕੀਤੀ ਗਈ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਆਊਟ ਕਰ ਦਿੱਤੀ ਗਈ ਹੈ। ਤੁਸੀਂ ਇਹ ਨਹੀਂ ਸੁਚਨਾ ਕਿ ਇਹ ਬਾਰਲੇ ਜੋ ਦਿੱਲੀ ਆਪਣੀ ਦਿੱਲੀ ਸਟੇਟ ਦੀ ਹੈ, ਦਿੱਲੀ ਪੁਲਿਸ ਦੀ ਹੈ। ਵੇਖੋ ਦਿੱਲੀ ਆਪਣੀ ਜੋ ਆਪਣੀ ਕੈਪੀਟਲ ਹੈ, ਰਾਜਧਾਨੀ ਹੈ ਤੇ ਇਸ ਵਾਸਤੇ ਜੋ ਇੰਡੀਆ ਦਾ ਕੋਈ ਵੀ ਕੈਂਡੀਡੇਟ ਇਹਦੇ ਵਿੱਚ ਅਪਲਾਈ ਕਰ ਸਕਦਾ ਤੇ ਜੋ ਰਿਜ਼ਰਵੇਸ਼ਨ ਸਾਰਿਆਂ ਨੂੰ ਬਰਾਬਰ ਦਾ ਮਿਲੇਗਾ ਕੋਈ ਸਟੇਟ ਨਹੀਂ ਇਸ ਆਪਣੀ ਜੋ ਕੈਪੀਟਲ ਹੈ ਰਾਜਧਾਨੀ ਆਪਣੀ ਜੋ ਦਿੱਲੀ ਇੱਥੇ ਜੋ ਆਊਟ ਕੀਤੀ ਗਈ ਹੈਂਡ ਕਾਂਸਟੇਬਲ ਦੀ ਹੈਂਡ ਕਾਂਸਟੇਬਲ ਦੀ ਜੋ ਪੋਸਟ ਆਊਟ ਕੀਤੀ ਗਈ ਹੈ ਦਿੱਲੀ ਪੁਲਿਸ ਵੱਲੋਂ ਦਿੱਲੀ ਪੁਲਿਸ ਵਿੱਚ ਜੋ ਹੈਂਡ ਕਾਂਸਟੇਬਲ ਦੀ ਭਰਤੀ ਆਊਟ ਕਰ ਦਿੱਤੀ ਗਈ ਹੈ ਤਾਂ ਜੋ ਵੀ ਐਲੀਜੀਬਲ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਤਾਂ ਅਪਲਾਈ ਜ਼ਰੂਰ ਕਰਿਆ ਇਹਦੇ ਵਿੱਚ ਤੁਹਾਨੂੰ ਜੋ ਰਿਜ਼ਰਵੇਸ਼ਨ ਜੋ ਸਾਰਿਆਂ ਨੂੰ ਬਰਾਬਰ ਦਾ ਮਿਲੇਗਾ 올 ਇੰਡੀਆ ਨੂੰ ਤਾਂ ਇਹ ਜੋ SSC ਜੋ ਆਪਣੇ ਪਿੱਛੇ ਪੋਸਟ ਆਈ ਸੀ ਜੋ ਹਵਲਦਾਰ ਦੀ ਉਹ ਵੀ ਜੋ ਪੋਸਟ ਹੈ ਦੀ ਸੀ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਆਊਟ ਕੀਤੀ ਗਈ ਇਹ ਵੀ ਜੋ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਆਊਟ ਕਰ ਦਿੱਤੀ ਗਈ ਹੈ ਤਾਂ ਹੁਣ ਆਪਾਂ ਵਿਸਤਾਰਪੂਰਵਕ ਜੋ ਇਹਦਾ ਸਾਰਾ ਨੋਟਿਸ ਤੁਹਾਡੇ ਨਾਲ ਜੋ ਸ਼ੇਅਰ ਕਰਾਂਗੇ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਕੁਆਲਿਫਿਕੇਸ਼ਨ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਵੀਡੀਓ ਨੂੰ ਸਕਿਪ ਕਿਤੇ ਵੀ ਨਹੀਂ ਕਰਨਾ ਫਿਰ ਤੁਹਾਨੂੰ ਸਮਝ ਨਹੀਂ ਆਉਂਦੀ ਤੇ ਫਿਰ ਤੁਹਾਡੇ ਬਹੁਤ ਕਮੈਂਟ ਆਉਣ ਲੱਗ ਜਾਂਦੇ ਨੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਆ ਕਰੋ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਜੋ ਇਹਨਾਂ ਦੇ ਆਨਲਾਈਨ ਅਪਲੀਕੇਸ਼ਨ ਸਟਾਰਟ ਹੋਗਣੇ 17 ਮਈ ਤੋਂ ਸਟਾਰਟ ਹੋਗਣੇ ਤੇ ਲਾਸਟ ਡੇਟ ਹੈਗੀ 16 ਜੂਨ 2022 ਤੋਂ ਪਹਿਲਾਂ ਪਹਿਤੂ ਸਿਪਲਾਈ ਕਰ ਲੈਣਾ ਜੋ ਆਨਲਾਈਨ ਫੀਸ ਪੇਮੈਂਟ ਦੀ ਲਾਸਟ ਡੇਟ ਹੈਗੀ 17 ਜੂਨ 2022 ਜੋ ਆਫਲਾਈਨ ਚਲਾਨ ਦੀ ਡੇਟ ਹੈਗੀ ਜੀ 18 ਜੂਨ 2022 ਜੋ ਤੁਹਾਡੇ ਵੱਡੇ ਵੱਡੇ ਟੋਪ ਵਿੰਡੋ ਫਾਰ ਅਪਲੀਕੇਸ਼ਨ ਫਾਰਮ ਕ੍ਰੈਕਸ਼ਨ ਐਂਡ ਆਨਲਾਈਨ ਪੇਮੈਂਟ ਔਫ ਕਰੈਕਸ਼ਨ ਚਾਰਜ ਇਹ ਤੁਹਾਡਾ ਜੋ ਖੁੱਲੇਗਾ ਜੋ ਕਰੈਕਸ਼ਨ ਵਗੈਰਾ ਤੁਸੀਂ ਕਰ ਸਕਦੇ ਹੋ ਜੋ ਮਿਸਟੇਕ ਵਗੈਰਾ ਗਲਤੀ ਵਗੈਰਾ ਹੁੰਦੀ ਤੁਹਾਡੇ ਫਾਰਮ ਚ ਉਸ ਨੂੰ ਤੁਸੀਂ ਸਹੀ ਕਰ ਸਕਦੇ ਹੋ 21 ਜੂਨ ਤੋਂ 25 ਜੂਨ ਦੇ ਵਿੱਚ ਵਿੱਚ ਤੇ ਤੁਹਾਡਾ ਜੋ ਐਗਜ਼ਾਮ ਰਹੇਗਾ ਸ਼ਡਿਊਲ ਆਫ ਕੰਪਿਊਟਰ ਬੇਸਡ ਐਗਜ਼ਾਮੀਨੇਸ਼ਨ ਸਤੰਬਰ 2022 ਵਿੱਚ ਤੁਹਾਡਾ ਜੋ ਐਗਜ਼ਾਮ ਹੋਵੇਗਾ ਤੇ ਤੁਸੀਂ ਅਪਲਾਈ ਕਰਨਾ ਜੀ ਆਨਲਾਈਨ ਅਪਲਾਈ ਕਰਨਾ ਇਹਨਾਂ ਦੀ ਜੋ ਆਫੀਸ਼ੀਅਲ ਵੈਬਸਾਈਟ ਐਸ ਐਸ ਸੀ .nic.in ਇੱਥੇ ਜਾ ਕੇ ਤੁਸੀਂ ਜੋ ਅਪਲਾਈ ਵੀ ਕਰ ਸਕਦੇ ਹੋ ਬਾਕੀ ਇੰਟਰੈਕਸ਼ਨ ਵੀ ਕਰ ਦਿੱਤੀਆਂ ਨੇ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਪੜ ਲੈਣਾ ਤੇ ਉਸ ਤੋਂ ਬਾਅਦ ਹੀ ਅਪਲਾਈ ਕਰਨਾ ਇਹਦੇ ਵਿੱਚ ਆਪਾਂ ਪੋਸਟਾਂ ਦੀ ਗੱਲ ਕਰੀ ਤਾਂ ਪੋਸਟਾਂ ਦੇ ਵਿੱਚ ਜੋ ਆਊਟ ਕੀਤੀਆਂ ਗਈਆਂ ਨੇ ਕੈਟਾਗਰੀ ਵਾਈਜ਼ ਡਿਵਾਈਡ ਕੀਤੀਆਂ ਹੋਈਆਂ ਨੇ ਤੇ ਟੋਟਲ ਜੋ ਪੋਸਟਾਂ ਹੈਗੀਆਂ ਨੇ 559 ਜੋ ਇੱਥੇ ਕੀਤੇ ਗਏ ਹੈਡ ਕਨਸਟੇਬਲ ਮੇਲ ਵਾਸਤੇ ਜੋ 559 ਆਊਟ ਕੀਤੇ ਗਏ ਨੇ ਥੱਲੇ ਫੀਮੇਲ ਦੀਆਂ ਜੋ ਕੁੜੀਆਂ ਵਾਸਤੇ ਆਊਟ ਕੀਤੇ ਗਏ ਨੇ ਹੈਡ ਕਨਸਟੇਬਲ ਦੀਆਂ ਇਹ ਟੋਟਲ 276 ਆਰਡ ਕੀਤੀਆਂ ਗਈਆਂ ਹਨ ਕੈਟਾਗਰੀ ਵਾਈਜ਼ ਡਿਵਾਈਡ ਕੀਤੀਆਂ ਹਨ ਤੁਸੀਂ ਚੈੱਕ ਕਰ ਸਕਦੇ ਹੋ ਪੀਡੀਐਫ ਤੁਹਾਨੂੰ ਮਿਲ ਜਾਵੇਗਾ ਮੇਰੇ ਟੈਲੀਗ੍ਰam ਗਰੁੱਪ ਵਿੱਚ ਟੈਲੀਗ੍ਰam ਗਰੁੱਪ ਦਾ ਲਿੰਕ ਇਸ ਵੀਡੀਓ ਦੇ ਕ੍ਰਿਸ਼ਮ ਜੀ ਨੇ ਅਨਜਾਇਨ ਨਹੀਂ ਕੀਤਾ ਤਾਂ ਜੁਆਇਨ ਜ਼ਰੂਰ ਕਰ ਲਓ ਇਹਦੇ ਵਿੱਚ ਆਪਾਂ ਸੈਲਰੀ ਦੀ ਗੱਲ ਕਰੀ ਤਾਂ ਲੈਵਲ 4 ਤੇ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ 25500 ਤੋਂ 8100 ਰੁਪਏ ਪਰ ਮੈਂ ਤੁਹਾਨੂੰ ਜੋ ਸੈਲਰੀ ਦਿੱਤੀ ਜਾਵੇਗੀ ਦੇ ਵਿੱਚ ਨੈਸ਼ਨੈਲਟੀ ਦੀ ਜੋ ਗੱਲ ਕਰੀ ਤਾਂ ਸਟੀਜਨ ਆਫ ਇੰਡੀਆ ਇੰਡੀਆ ਦਾ ਕੋਈ ਵੀ ਕੈਂਡੀਡੇਟ ਇਸ ਵਿੱਚ ਅਪਲਾਈ ਕਰ ਸਕਦਾ ਹੈ ਤੇ ਏਜ ਲਿਮਟ ਦੀ ਗੱਲ ਕਰੀ ਤਾਂ ਏਜ ਲਿਮਟ ਇਹਦੇ ਵਿੱਚ ਰੱਖੀ ਗਈ 18 ਤੋਂ 25 ਬਾਕੀ ਜੋ ਵੀ ਰਿਜ਼ਰਵਡ ਕੈਟਾਗਰੀ ਹੈਗੇ ਜੋ ਵੀ ਰਿਲੈਕਸ਼ਨ ਦਿੱਤਾ ਜਾਂਦਾ ਜੋ ਵੀ ਗਵਰਨਰ ਰੂਲਸ ਉਹਨਾਂ ਅਨੁਸਾਰ ਦਿੱਤਾ ਜਾਵੇ ਕਿ ਜਿਵੇਂ 5 ਸਾਲ ਦੀ ਛੂਟ ਐਸਸੀ ਤੇ ਐਸਟੀ ਕੈਂਡੀਡੇਟ ਨੂੰ 3 ਸਾਲ ਦੀ ਛੂਟ ਓਬੀਸੀ ਕੈਂਡੀਡੇਟ ਨੂੰ ਇਸੇ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਟੈਲੀਗ੍ਰਾਮ ਮੈਂਸ਼ਨ ਕੀਤਾ ਹੈ ਪੀਡੀਐਫ ਤੁਹਾਨੂੰ ਮਿਲ ਜਾਏਗਾ ਮੇਰੇ ਟੈਲੀਗ੍ਰਾਮ ਗਰੁੱਪ ਵਿੱਚ ਤਸੱਲੇ বিনা ਜੋ ਦਿੱਤਾ ਹੈ ਰਿਲੇਕਸ਼ਨ ਐਸਐਸਟੀ ਪੰਜ ਸਾਲ ਦੀ ਛੂਟ OBC ਨੂੰ 3 ਸਾਲ ਦੀ ਪੀਡਬਲਿਊਡੀ ਅਨਰਿਜ਼ਰਵਡ ਨੂੰ 10 ਸਾਲ ਦੀ ਪੀਡਬਲਿਊਡੀ OBC ਨੂੰ 13 ਸਾਲ ਦੀ ਪੀਡਬਲਿਊਡੀ ਐਸਐਸਪੀ ਨੂੰ 15 ਸਾਲ ਦੀ ਛੂਟ ਹੁਣ ਆਪਾਂ ਗੱਲ ਕਰਦੇ ਆਂ ਦੀ ਜੋ ਕੁਆਲੀਫਿਕੇਸ਼ਨ ਦੀ ਤਾਂ ਕੁਆਲੀਫਿਕੇਸ਼ਨ ਰੱਖੀ ਗਈ 10+2 ਤੁਸੀਂ ਪਾਸ ਹੋਣੀ ਚਾਹੀਦੀ ਹੈ ਸੀਨੀਅਰ ਸਕੈਂਡਰੀ ਸੀਨੀਅਰ ਸਕੈਂਡਰੀ ਤੁਸੀਂ ਕੀਤੀ ਹੋਣੀ ਚਾਹੀਦੀ ਹੈ ਰਿਕਗਨਾਈਜ਼ਡ ਬੋਰਡ ਤੋਂ ਤੇ ਸਪੀਡ ਤੁਹਾਡੀ ਇੰਗਲਿਸ਼ ਟਾਈਪਿੰਗ ਚਾਹੀਦੀ ਹੈ ਜੀ 30 ਵਰਡ ਪਰ ਮਿੰਟ ਜਾਂ ਤੁਹਾਡੇ ਕੋਲ ਹਿੰਦੀ ਟਾਈਪਿੰਗ ਹੈਗੀ 25 ਵਰਡ ਪਰ ਮਿੰਟ ਕੋਈ ਵੀ ਨਾ ਚੈੱਕ ਹੋਣੀ ਚਾਹੀਦੀ ਤੁਹਾਡੀ ਜੋ ਟਾਈਪਿੰਗ ਸਪੀਡ ਜਾਂ ਇੰਗਲਿਸ਼ ਜਾਂ ਹਿੰਦੀ ਵਿੱਚ ਹਾਊ ਟੂ ਅਪਲਾਈ ਅਪਲਾਈ ਤੁਸੀਂ ਆਨਲਾਈਨ ਕਰਨਾ ਜੋ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਐਸ ਐਸ ਸੀ dotnic.in ਇੱਥੇ ਜਾ ਕੇ ਤੁਸੀਂ ਜੋ ਅਪਲਾਈ ਕਰ ਸਕਦੇ ਬਾਕੀ ਇਨਸਟਰਕਸ਼ਨ ਵਗੈਰਾ ਦਿੱਤੀਆਂ ਨੇ ਕਿ ਇਸ ਤਰ੍ਹਾਂ ਅਪਲਾਈ ਕਰਨਾ ਜੋ ਤੁਹਾਡੀ ਫੋਟੋ ਵਗੈਰਾ ਕਿੰਨਾ ਸਾਈਜ਼ ਹੋਣਾ ਚਾਹੀਦਾ ਤੇ ਲਾਸਟ ਡੇਟ ਹੈਗੀ 16 ਜੂਨ 2022 ਤੋਂ ਪਹਿਲ ਪਹਿਲ ਤੁਸੀਂ ਅਪਲਾਈ ਕਰ ਲੈਣਾ ਹੈ ਇਹਦੇ ਵਿੱਚ ਆਪ ਐਪਲੀਕੇਸ਼ਨ ਫੀਸ ਦੀ ਗੱਲ ਕਰੀ ਤਾਂ 100 ਰੁਪਏ ਰੱਖੀ ਗਈ ਬਾਕੀ ਜੋ ਕੈਂਡੀਡੇਟ ਹੈਗੇ ਨੇ ਊਮਨ ਕੈਂਡੀਡੇਟਸ ਅਤੇ ਜੋ ਕੈਂਡੀਡੇਟ ਹੈਗੇ ਨੇ ਐਸਸੀ ਐਸਟੀ ਪੀਡਬਲ ਡੀ ਐਕਸ ਸਰਵਿਸਮੈਨ ਐਲੀਜੀਬਲ ਇਹਨਾਂ ਵਾਸਤੇ ਕੋਈ ਜੋ ਫੀਸ ਨਹੀਂ ਰੱਖੀ ਗਈ ਹੈ ਤੇ ਬਾਕੀ ਤੁਸੀਂ ਸਾਰਾ ਕੁਝ ਇੱਥੇ ਦਿੱਤਾ ਹੈ ਡਾਇਰੈਕਸ਼ਨ ਵਗੈਰਾ ਵੇਖ ਸਕਦੇ ਹੋ ਤੇ ਸੈਂਟਰ ਆਫ ਐਗਜ਼ਾਮੀਨੇਸ਼ਨ ਐਗਜ਼ਾਮੀਨੇਸ਼ਨ ਜੋ ਤੁਹਾਡੇ ਲਗ ਲਗ ਜੋ ਸਟੇਟਾਂ ਵਿੱਚ ਰਹੇਗਾ ਜਿਵੇਂ ਆਪਣਾ ਪੰਜਾਬ ਆਪਣੇ ਪੰਜਾਬ ਵਿੱਚ ਰਹੇਗਾ ਤੁਸੀਂ ਇੱਥੇ ਵੇਖ ਸਕਦੇ ਹੋ ਆਪਣੇ ਜੋ ਸੈਂਟਰ ਦਿੱਤੇ ਆ ਨੇ ਇੱਥੇ ਜੋ ਆਪਣੇ ਪੰਜਾਬ ਵਿੱਚ ਤੁਸੀਂ ਵੇਖ ਸਕਦੇ ਹੋ ਸੈਂਟਰ ਅਮ੍ਰਿਤਸਰ ਹੋ ਗਿਆ ਜਲੰਧਰ ਪਟਿਆਲਾ ਇਹ ਤੇ ਤੁਸੀਂ ਵੇਖ ਸਕਦੇ ਹੋ ਤੇ ਪੰਜਾਬ ਵਿੱਚ ਜੋ ਸੈਂਟਰ ਰਹਿਣ ਵਾਲੇ ਨੇ ਤੇ ਤੁਹਾਡਾ ਜੋ ਐਗਜ਼ਾਮ ਹੋਵੇਗਾ ਜੀ ਐਥੇ ਦਿੱਤਾ ਹੈ ਪੈਟਰਨ ਕਿਹੜਾ ਕਿੜਾ ਤੁਹਾਡਾ ਐਗਜ਼ਾਮ ਹੋਣਾ ਸਬਜੈਕਟ ਕਿਹੜੇ ਆਉਣਗੇ ਜਿਵੇਂ ਜਰਨਲ ਅਵੇਅਰਨੈਸ ਨੰਬਰ ਆਫ ਕੁਸਚਨ ਵੀ ਕੁਸ਼ਨ ਆਉਣਗੇ ਤੇ 20 ਮਾਰਕਸ ਦੇਉਣਗੇ ਜਾਨਕੀ ਇੱਕ ਕੁਸ਼ਨ ਇੱਕ ਨੰਬਰ ਦਾ ਤੇ ਉਸ ਤੋਂ ਬਾਅਦ ਬੇਸਿਕ ਤੁਹਾਡੀ ਜੋ ਅਰਥਮੈਟਿਕ ਸਕਿੱਲ ਵੀ ਜੋ 20 ਕੁਸ਼ਨ ਆਉਣਗੇ ਤੇ 20 ਨੰਬਰ ਦੇ ਜਾਨਕੀ ਇੱਕ ਕੁਸ਼ਨ ਇੱਕ ਨੰਬਰ ਦਾ ਇਸ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਜਰਨਲ ਇੰਟੈਲੀਜੈਂਸ 25 ਜੋ ਕੁਸਚਨ ਆਉਣਗੇ 25 ਨੰਬਰ ਦੇ ਇੰਗਲਿਸ਼ ਲੈਂਗੁਏਜ ਬੇਸਿਕ ਨੋਲਿਜ 25 ਜੋ ਕੁਸਚਨ 25 ਨੰਬਰ ਦੇ ਤੇ ਕੰਪਿਊਟਰ ਵਗੈਰਾ ਦੇ ਜੋ ਕੁਸਚਨ ਆਉਣਗੇ ਜੀ 10 ਕੁਸਚਨ ਆਉਣਗੇ 10 ਨੰਬਰ ਤੇ ਟੋਟਲ ਤੁਹਾਡੇ ਹੋਣਗੇ 100 ਕੁਸਚਨ 100 ਨੰਬਰ ਦੇ 100 ਨੰਬਰ ਤੁਹਾਡਾ ਜੋ ਪੇਪਰ ਹੋਵੇਗਾ ਬਾਕੀ ਤੁਸੀਂ ਸਾਰਾ ਕੁਝ ਇੱਥੇ ਜੋ ਵੀ ਹੈਗਾ ਚੈੱਕ ਕਰ ਸਕਦੇ ਹੋ ਸਿਲੇਬਸ ਫੁੱਲ ਦਿੱਤਾ ਹੈ ਕਿ ਸ ਲੈਸਨ ਵਿੱਚ ਕਿਹੜੇ-ਕਿਹੜੇ ਆਉਣੇ ਨੇ ਸਾਰਾ ਕੁਝ ਲੈਸਨ ਵਗੈਰਾ ਜੋ ਜਨਰਲ ਅਵੇਅਰਨੈਸ ਦੇ ਅਬਿਟਿਊਡ ਜਨਰਲ ਇੰਟੈਲੀਜੈਂਸ ਇੰਗਲਿਸ਼ ਲੈਂਗੁਏਜ ਸਾਰਾ ਕੁਝ ਦਿੱਤਾ ਮੈਂਸ਼ਨ ਕੀਤਾ ਅਲੱਗ-ਅਲੱਗ ਤੁਸੀਂ ਵੇਖ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਫਿਜ਼ੀਕਲ ਟੈਸਟ ਦੀ ਮੇਲ ਕੈਂਡੀਡੇਟ ਵਾਸਤੇ ਜੋ ਏਜ ਦੇ ਹਿਸਾਬ ਨਾਲ ਤੁਹਾਡੀ ਜੋ ਰਨਿੰਗ ਹੋਵੇਗੀ ਜੋ 1600 ਮੀਟਰ ਹੋਵੇਗੀ ਰਨਿੰਗ ਤੇ ਲੌਂਗ ਜੰਪ ਤੇ ਹਾਈ ਜੰਪ ਇਹ ਤੁਹਾਡਾ ਰਹੇਗਾ ਜਿਵੇਂ ਏਜ ਜਗੀ ਏ 30 ਸਾਲ ਤੋਂ ਥੱਲੇ-ਥੱਲੇ ਜਿੰਦੀ ਏਜ ਹੈ ਉਹਨੂੰ 7 ਮਿੰਟ ਦਿੱਤੇ ਜਾਣਗੇ 1600 ਮੀਟਰ ਵਾਸਤੇ ਤੇ ਅਬੋਵ ਜੋ 30 ਤੋਂ ਲੈ ਕੇ 40 ਸਾਲ ਤੱਕ 8 ਮਿੰਟ ਦਿੱਤੇ ਜਾਣਗੇ ਜੋ 40 ਸਾਲ ਪਲੱਸ ਸੇ ਉਸ ਨੂੰ ਜੋ 9 ਮਿੰਟ ਦਿੱਤੇ ਜਾਣਗੇ ਇਸੇ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਲੌਂਗ ਜੰਪ ਦੀ ਗੱਲ ਕਰੀ ਤਾਂ ਸਾਡੇ ਜੋ 12 ਫੁੱਟ ਦਿੱਤਾ ਆ 12.6 ਤੇ 11.5 ਫੁੱਟ ਜੋ ਇਹਨਾਂ ਦਾ ਅਲੱਗ-ਅਲੱਗ ਦਿੱਤਾ ਏਜ ਵਾਈਸ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਹਾਈ ਜੰਪ ਵੀ ਦਿੱਤਾ ਜਿਵੇਂ ਪਹਿਲਾਂ 30 ਸਾਲ ਤੋਂ ਘੱਟ ਘੱਟ ਜਿਵੇਂ 3.5 ਫੁੱਟ ਤੁਹਾਡਾ ਜੋ ਹਾਈ ਜੰਪ ਰਹੇਗਾ ਇਸ ਤਰ੍ਹਾਂ ਜੋ ਏਜ ਵਾਈਸ ਕਾਊਂਟ ਕੀਤਾ ਤੁਸੀਂ ਵੇਖ ਸਕਦੇ ਹੋ ਇਹ ਉੱਪਰਲਾ ਮੇਲ ਦਾ ਥੱਲੇਗਾ ਜੋ ਫੀਮੇਲ ਫੀਮੇਲ ਕੈਂਡੀਡੇਟ ਦਾ ਇਸ ਤਰ੍ਹਾਂ ਥੱਲੇ ਤੁਸੀਂ ਫੀਮੇਲ ਜੋ ਕੈਂਡੀਡੇਟ ਹੈ ਫੀਮੇਲ ਦਾ ਤੁਸੀਂ ਇੱਥੇ ਜੋ ਫਿਜ਼ੀਕਲ ਟੈਸਟ ਦੇਖ ਸਕਦੇ ਹੋ ਜਿਵੇਂ ਏਜ ਵਾਈਸ ਕਾਊਂਟ ਕੀਤਾ ਇਹਨਾਂ ਇਹਨਾਂ ਦੀ ਜੋ ਦੌੜ ਹੋਵੇਗੀ 800 ਮੀਟਰ ਤੁਹਾਡੀ ਹੋਵੇਗੀ ਤੇ ਲੌਂਗ ਜੰਪ ਤੇ ਹਾਈ ਜੰਪ ਵੀ ਰਹੇਗਾ ਜੋ ਹੋਵੇਗੀ ਨੇ 30 ਸਾਲ ਤੋਂ ਥੱਲੇ ਥੱਲੇ ਏਜ ਉਹਨਾਂ ਵਾਸਤੇ ਜੋ 800 ਮੀਟਰ ਦੌੜ ਤੁਸੀਂ ਕੰਪਲੀਟ ਕਰਨੀ 5 ਮਿੰਟ ਵਿੱਚ 5 ਮਿੰਟ ਤੁਹਾਨੂੰ ਟਾਈਮ ਦਿੱਤਾ ਜਾਊਗਾ ਤੇ ਲੌਂਗ ਜੰਪ ਹੈਗਾ 9 ਫੁੱਟ ਜਾਨਕੀ 9 ਫੁੱਟ ਤੇ ਹਾਈ ਜੰਪ ਹੈਗਾ 3 ਫੁੱਟ ਇਤੇ ਤਰ੍ਹਾਂ ਤੁਸੀਂ ਜੋ ਏਜ ਵਾਈਜ਼ ਕਾਊਂਟ ਕੀਤਾ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਸ ਵਿੱਚ ਆਪਾਂ ਹਾਈਟ ਦੀ ਗੱਲ ਕਰੀ ਤਾਂ ਮੇਲ ਕੈਂਡੀਡੇਟ ਵਾਸਤੇ ਜੋ ਹਾਈਟ ਰੱਖੀ ਗਈ 165 ਸੈਂਟੀਮੀਟਰ ਜੋ ਰੈਲਾਕਸਬਲ ਹੈਗਾ ਬਾਇ 5 ਸੈਂਟੀਮੀਟਰ ਤੇ ਥੱਲੇ ਦਿੱਤਾ ਆ ਸਾਰਾ ਕੁਝ ਚੈੱਕ ਕਰ ਸਕਦੇ ਹੋ ਤੇ ਇਹਦੇ ਵਿੱਚ ਚੈਸਟ ਜੋ ਰਹੇਗੀ ਮੇਲ ਕੈਂਡੀਡੇਟ ਦੀ 78 ਸੈਂਟੀਮੀਟਰ ਬਿਨਾ ਫਲਾਏ ਤੋਂ ਤੇ 82 ਸੈਂਟੀਮੀਟਰ ਫਲਾਕੇ ਜਾਨੀ ਕਿ 4 ਸੈਂਟੀਮੀਟਰ ਜੋ ਐਕਸਪੈਂਸ਼ਨ ਤੁਹਾਡਾ ਰਹਿਣ ਵਾਲਾ ਹੈ ਜਾਨੀ ਕਿ ਫਲਾਗ ਜੋ ਰਿਲੈਕਸਬਲ ਇਹਨਾਂ ਦਿੱਤਾ ਜਾਵੇਗਾ ਅਲੱਗ-ਅਲੱਗ ਕੈਟਾਗਰੀ ਨੂੰ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਅਲੱਗ-ਅਲੱਗ ਦਿੱਤਾ ਹੈ ਫੀਮੇਲ ਦੀ ਜੋ ਹਾਈਟ ਰੱਖੀ 157 ਸੈਂਟੀਮੀਟਰ ਰੱਖੀ ਗਈ ਹੈ ਇਸੇ ਤਰ੍ਹਾਂ ਤੁਸੀਂ ਸਾਰਾ ਕੁਝ ਜੋ ਹੋਵੇਗਾ ਫਿਜ਼ੀਕਲ ਟੈਸਟ ਇੱਥੇ ਅਲੱਗ-ਅਲੱਗ ਜੋ ਵੇਖ ਸਕਦੇ ਹੋ ਇਹ ਵੀਡੀਓ ਤੁਹਾਨੂੰ ਮਿਲ ਜੇਗਾ ਮੇਰੇ ਟੈਲੀਗ੍ਰam ਗਰੁੱਪ 'ਤੇ ਟੈਲੀਗ੍ਰam ਗਰੁੱਪ ਜਿਨ੍ਹਾਂ ਨੇ ਜੁਆਇਨ ਨਹੀਂ ਕੀ ਤਰਜ਼ਮਾ ਜਰੂਰ ਕਰ ਲਓ ਲਿੰਕ ਤੁਹਾਨੂੰ ਮਿਲ ਜੇਗਾ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਤੇ ਬਾਕੀ ਇਨਟਰੈਕਸ਼ਨ ਵਗੈਰਾ ਦਿੱਤੀ ਹੈ ਨੇ ਪੜ ਲੈਣਾ ਅਪਲਾਈ ਕਰਨ ਤੋਂ ਪਹਿਲਾਂ ਦੋਸਤੋ ਬਾਅਦ ਹੀ ਅਪਲਾਈ ਕਰਨਾ ਜੇਕਰ ਤੁਹਾਡੇ ਮਨ ਵਿੱਚ ਕੋਈ ਵੀ ਡਾਊਟ ਤੁਹਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ